ਉਹੀ ਅੱਜ ਅਸੀਂ ਇੱਕ ਹੋਰ ਨਵਾਂ ਸੰਦ ਲਿਆਂਦਾ, ਹਵਾ ਵਾਲਾ ਕੰਪਰੈਸਰ ਨਾਲ ਇਹਦੇ ਨੀਲਰ, ਇਹਦੀ ਕਰਦੇ ਹਾਂ ਆਪਾਂ ਸਾਰੀ ਫਿਟਿੰਗ। ਝੋਲੇ ਵਾਲਾ ਵੀ ਕੱਢ ਲਾ ਸਮਾਨ ਸਾਰਾ, ਝੋਲੇ ਵਾਲਾ ਵੀ ਕੱਢ ਲਾ ਥੱਲੇ। ਆ ਪੈਪ ਕੱਢ ਲਓ ਪਹਿਲਾਂ, ਜਿਹੜੀ ਕਪੈਸਿਟੀ ਹੈਗੀ ਆ 20 mm ਤੋਂ ਲੈ ਕੇ 50 mm ਤੱਕ ਦੀਆਂ ਚ ਮੇਖਾਂ ਪੈਂਦੀਆਂ। ਉੱਥੇ ਚੈੱਕ ਕੀਤੀਆਂ ਸੀ ਪਾ ਕੇ 2 ਇੰਚੀ ਵਾਲੀਆਂ ਮੇਖਾਂ 50 mm ਦੀਆਂ। ਆ ਇਹਦੇ ਨਾਲ ਇਹਦਾ ਪਾਣੀ ਜੋ ਵੀ ਹਵਾ ਦੇ ਵਿੱਚ ਮਿਕਸ ਹੁੰਦਾ ਉਹ ਵਾਲਾ ਪਾਣੀ ਰਿਮੂਵ ਹੋਊਗਾ, ਨਿਕਲੂਗਾ, ਥੱਲੇ ਇਸ ਜਗ੍ਹਾ 'ਤੇ ਆਜੂਗਾ। ਬਾਕੀ ਆਪਾਂ ਇਹਨੂੰ ਫਿੱਟ ਕਰਦੇ ਹਾਂ ਸਾਰੀ, ਫਿਰ ਤੁਹਾਨੂੰ ਦਿਖਾਵਾਂਗੇ ਟੈਂਕੀ। ਜੋ ਆਪਾਂ ਟੈਂਕੀ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ, ਟੈਂਕੀ ਆਪਾਂ ਇਹ ਕੋਪਰ ਵੈਂਡਿੰਗ ਦੀ ਲਈ ਹੈ ਅਤੇ ਲਗਭਗ ਆਪਾਂ 9000 ਦੀ ਹੁੰਦੀ। ਬਾਕੀ ਸਾਰੀ ਫਿੱਟ ਕਰਕੇ ਤੁਹਾਨੂੰ ਬਾਅਦ 'ਚ ਦਿਖਾਉਂਦੇ ਹਾਂ ਜੀ। ਆਹ ਵਾਲਾ ਫਿਲਟਰ ਆਪਾਂ ਲਾਵਾਂਗੇ ਇਸ ਜਗ੍ਹਾ 'ਤੇ, ਪਰਲੀ ਸਾਈਡ ਲਾ ਦਾਂਗੇ ਨਾ, ਉੱਧਰਲੀ ਸਾਈਡ ਘੁਮਾ ਲਈਏ ਸਾਡੇ ਪਾਸੇ ਹੈਗੇ ਇੱਧਰੋਂ ਆਹ ਪੈਪ ਤੋਂ ਲੈ ਕੇ ਆਹ ਚੀਜ਼ ਦਾ ਇੱਥੇ ਆਪਾਂ ਆਹ ਪ੍ਰੋਫਾਈਲ ਆ ਗਲਾਸ ਵਾਲੀ ਪਹਿਲਾਂ ਇੱਥੇ ਕੰਮ ਕਰ ਲਾਂਗੇ, ਉੱਧਰ ਆਹ ਕਰ ਲਾਂਗੇ ਥੱਲੇ ਵੀ ਆਹ ਲੱਗ ਜਾਂਦਾ ਅਤੇ ਆਪਾਂ ਮੈਂ ਤੇ ਮੰਡਲ ਨੂੰ ਜ਼ੂਮ ਕਰਨਾ ਨਹੀਂ ਉਹ ਕਿੱਦਾਂ ਕਰ ਦੇਣਾ ਕਿੱਦਾਂ ਕਰ ਕਿੱਦਾਂ ਕਰਕੇ ਲੈ ਲਾ ਉਹ ਦੂਰ ਨਾ ਮੁੜ ਕੇ ਹਾਂ ਜਾਂ ਬਾਹਰ ਕੇ ਕਿੱਦਾਂ ਚਲਾ ਦੂਰ ਰਹਿ ਲੈਂਦੇ ਆ। ਫਿਲਟਰ ਤਿੱਕਰ ਲਗਾਵਾਂਗੇ ਇੱਦਾਂ, ਇੱਕ ਲੰਪਾ ਨਾਲ ਇਹਨੂੰ ਟੈਟ ਕਰ ਦਾਂਗੇ ਪੂਰਾ। ਇੱਧਰੋਂ ਦੇਖਦੇ ਹਾਂ ਚੜ੍ਹਦਾ ਨਹੀਂ ਤਾਂ ਹੀਟ ਗੰਦ ਨਾਲ ਗਰਮ ਕਰਕੇ ਚੜ੍ਹਾ ਦਾਂਗੇ।
ਥੋੜੀ ਹੀਟ ਦੇ ਦਾਂਗੇ, ਹੀਟ ਗਨ ਨਾਲ। ਪਾਈਪ ਚੜੀ ਨੀ ਥੋੜੀ ਜਿਹੀ, ਆਪਾਂ ਹੀਟ ਦੇ ਕੇ ਨਾ ਫਿਰ ਗਾਂ ਕਰਦੇ ਹਾਂ। ਆਹ ਦੋਸਤੋ ਪੈਪ, ਅਸੀਂ ਇੱਕ ਲੰਬੀ ਪੈਪ ਇਹਦੇ ਨਾਲ ਲਾ ਲਈ ਹੈ ਧਾਗਾ ਪੈਪ, ਤਾਂ ਕਿ ਟੈਂਕੀ ਦੂਰ ਰੱਖ ਦਾਂਗੇ, ਆਪਾਂ ਨੂੰ ਮੁੜ ਕੇ ਆਵਾਜ਼ ਵਗੈਰਾ ਨਹੀਂ ਸੁਣਦੇ ਟੈਂਕੀ ਦੀ। ਇਹਦੇ ਨਾਲ ਕਨੈਕਟਰ ਲਾ ਲਿਆ, ਇੱਧਰ ਫੀਮੇਲ ਲੱਗ ਗਈ ਹੈ, ਇਹਦੇ ਵਿੱਚ ਇਸ ਤਰ੍ਹਾਂ ਮੇਲ ਲੱਗ ਜੂਗਾ। ਆਹ ਵਾਲਾ ਆਪਣਾ ਗਨ ਗਨ ਦੇ ਵਿੱਚ ਚਲਾ ਜਾਊਗਾ। ਠੀਕ ਹੈ, ਤੁਹਾਨੂੰ ਮੰਗਲ ਜੀ ਮੇਘ ਲੱਗ ਦਿਖਾਉਣਗੇ। ਆਹ ਆਪਣਾ ਜਿਹੜਾ ਫੱਟਾ ਹੈਗਾ ਇਹ ਕਿੱਕਰ ਦੀ ਲੱਕੜ ਦਾ, ਇਹਦੇ ਵਿੱਚ ਆਪਾਂ ਲਾ ਕੇ ਪਹਿਲਾਂ ਸਖਤ ਲੱਕੜ 'ਤੇ ਟਰਾਈ ਕਰਦੇ ਹਾਂ। 2 ਇੰਚੀ ਦੀ ਮੇਘ ਹੈ ਇਹਦੇ ਵਿੱਚ, ਲਾਓ ਜੀ ਮੰਗਲ ਜੀ। ਦੋਸਤੋ ਮੇਕ 1 ਇੰਚ ਦਾ ਫੱਟਾ ਕਿੱਕਰ ਦਾ ਇਹ, ਅਤੇ ਇਹਦੇ ਵਿੱਚ ਦੀ ਆਰ ਪਾਰ ਹੋ ਗਈ ਹੈ, ਉੱਪਰੋਂ ਦਿਖਾਈ ਮਾੜਾ ਉੱਪਰੋਂ, ਉੱਤੋਂ ਵੀ ਜਿੰਨੀ ਕੁ ਆਪਾਂ ਸੁੰਬੇ ਨਾਲ ਥੱਲੇ ਨੀਵੀਂ ਕਰਦੇ ਹਾਂ ਮੇਕ ਨੂੰ ਧੋਂਦੇ ਹਾਂ, ਉੱਨੀ ਕੁ ਥੱਲੇ ਇਹ ਚਲੀ ਗਈ ਹੈ, ਅਤੇ ਆਮ ਨਾਮ ਲੱਕੜ ਵਿੱਚ ਜੋ ਆਪਾਂ ਯੂਜ਼ ਕਰਦੇ ਹਾਂ ਉੱਥੇ ਤਾਂ ਲੱਗ ਹੀ ਜਾਊਗੀ। ਹਾਂਜੀ ਦੋਸਤੋ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਸਾਡੀ ਜਿਹੜੀ ਫਿਟਿੰਗ ਕੀਤੀ ਹੈ ਤੁਹਾਨੂੰ ਕਿੱਦਾਂ ਲੱਗੀ, ਜੇ ਕੋਈ ਇਹਦੇ ਵਿੱਚ ਕਮੀ ਆ ਵੀ ਤੁਸੀਂ ਦੱਸਣਾ ਹੈ, ਅਤੇ ਬਾਕੀ ਅਸੀਂ ਵਰਤ ਕੇ ਤੁਹਾਨੂੰ ਅਗਾਂਹ ਦੱਸਾਂਗੇ ਕਿਵੇਂ ਇਹਦਾ ਰਿਸਪੋਂਸ ਮਿਲ ਰਿਹਾ, ਜਿੱਦਾਂ ਲੈਣ ਦਾ ਫਾਇਦਾ ਹੈ ਜਾਂ ਨਹੀਂ ਫਾਇਦਾ ਹੈ। ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।